ਗੱਲ ਬਡੋਖਾਂ ਦੇ ਲੋਕਾਂ ਨੂੰ ਦੱਸੀ ਤਾਂ ਫੈਲਦੀ ਇਹ ਗੱਲ ਨੱਥਾ ਸਿੰਘ ਨੰਬਰਦਾਰ ਜਿਹੜਾ ਧਾਲੀਵਾਲ ਪੱਤੀ ਦਾ ਸੀ ਉਸ ਕੋਲ ਜਾ ਪਹੁੰਚੀ। ਸੰਤਾਂ ਕੋਲ ਆ ਕੇ ਉਸਨੇ ਹੱਥ ਜੋੜ ਕੇ ਗਲ ਵਿੱਚ ਪਾ ਕੇ ਪੱਲਾ ਬੇਨਤੀ ਕੀਤੀ, ਮਹਾਰਾਜ ਇਸ ਝਿੜੇ ਦੇ ਨਾਲ ਹੀ ਸਾਡਾ ਧਾਲੀਵਾਲਾਂ ਦਾ ਪੈਂਟ ਬਿੱਗੇ ਦਾ ਝਿੜਾ ਹੈ, ਆਪ ਚੱਲੋ ਉਸ ਝਿੜੇ ਵਿੱਚ ਚੱਲ ਕੇ ਬੈਠ ਜਾਓ, ਆਪ ਜੋ ਕਰਨਾ ਹੈ ਸੋ ਕਰੋ, ਆਪ ਨੂੰ ਕੋਈ ਨਹੀਂ ਰੋਕੇਗਾ, ਪਰ ਸਾਨੂੰ ਛੱਡ ਕੇ ਇੱਥੋਂ ਨਾ ਜਾਵੋ, ਅੱਜ ਤੋਂ ਇਹ ਝਿੜਾ ਤੁਹਾਡਾ ਹੋ ਗਿਆ ਹੈ। ਨੱਥਾ ਸਿੰਘ ਧਾਲੀਵਾਲ ਸੰਤਾਂ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ। ਪਰ ਨਾ ਜਾਵੋ ਬਾਬਾ ਜੀ, ਜਿਹੜਾ ਨਾਲ ਦਾ
जो करना है कर लो, पर न जाओ बाबा जी।